MH1 ਨਿਊਜ਼ ਤੇ ਪੰਜਾਬੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਗੁਰਲੀਨ ਕੌਰ। ਸਭ ਤੋਂ ਪਹਿਲਾਂ ਇੱਕ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਕੈਪਟਨ ਸਰਕਾਰ ਦੇ 6 ਮਹੀਨਿਆਂ ਦੇ ਕਾਰਜਕਾਲ ਤੇ ਸੁਖਬੀਰ ਸਿੰਘ ਬਾਦਲ ਅਤੇ ਸੁਖਪਾਲ ਖਹਿਰਾ ਦੇ ਬਿਆਨ, ਕਿਹਾ ਸੂਬੇ ਦੇ ਲੋਕਾਂ ਨੂੰ ਕਰ ਰਹੀ ਹੈ ਕੈਪਟਨ ਸਰਕਾਰ ਗੁੰਮਰਾਹ। ਲੰਡਨ ਦੌਰੇ ਤੇ ਗਏ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਸੀ ਭਾਰਤੀਆਂ ਨੂੰ ਦਿੱਤਾ ਪੰਜਾਬ ਵਿੱਚ ਨਿਵੇਸ਼ ਦਾ ਸੱਦਾ, SOIL ਦੇ ਮੁੱਦੇ ਤੇ ਵੀ ਦਿੱਤਾ ਬਿਆਨ। ਪੰਜਾਬ ਵਿੱਚ ਨਹੀਂ ਰੁਕ ਰਹੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ, ਮੋਗਾ ਵਿੱਚ ਕਰਜ਼ ਨਾਲ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ, ਮ੍ਰਿਤਕ ਕਿਸਾਨ ਤੇ ਸੀ ਕਰੀਬ 6 ਲੱਖ ਰੁਪਏ ਦਾ ਕਰਜ਼ਾ। ਚੰਡੀਗੜ੍ਹ ਵਿੱਚ ਪੰਜਾਬ ਕੈਬਨਿਟ ਸਬ ਕਮੇਟੀ ਦੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਬੈਠਕ, ਕਿਸਾਨਾਂ ਦੇ ਕਰਜ਼ ਮੁਆਫੀ ਤੇ ਹੋਇਆ ਵਿਚਾਰ। ਪੰਜਾਬ ਵਿੱਚ ਨਸ਼ੇ ਦੇ ਮੁੱਦੇ ਤੇ ਬੋਲੇ SGPC ਪ੍ਰਧਾਨ ਕਿਰਪਾਲ ਸਿੰਘ ਬਡੂੰਗਰ, ਕਾਂਗਰਸ ਪਾਰਟੀ ਤੇ ਲਗਾਇਆ ਪੰਜਾਬ ਨੂੰ ਦੇਸ਼ ਭਰ ਵਿੱਚ ਬਦਨਾਮ ਕਰਨ ਦਾ ਆਰੋਪ। ਗੁਰਦਾਸਪੁਰ ਜ਼ਿਮਨੀ ਚੋਣ ਦੀ ਤਰੀਕ ਦੇ ਐਲਾਨ ਤੋਂ ਬਾਅਦ ਚੋਣ ਜ਼ਾਬਤਾ ਹੋਇਆ ਲਾਗੂ, ਡਿਪਟੀ ਕਮਿਸ਼ਨਰ ਨੇ ਅਫਸਰਾਂ ਨਾਲ ਕੀਤੀ ਬੈਠਕ। ਕਰਨਾਟਕ ਸਰਕਾਰ ਵੱਲੋਂ ਸਿੱਖਾਂ ਨੂੰ ਕਿਰਪਾਨ ਤੇ ਪਾਬੰਦੀ ਲਗਾਏ ਜਾਣ ਦਾ ਮਾਮਲਾ DSGMC ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਸੌਂਪਿਆ ਮੰਗ ਪੱਤਰ। ICP ਤੇ ਬੰਦ ਹੋਇਆ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਾਰੋਬਾਰ, ਵਪਾਰੀਆਂ ਨੇ ICP ਦੇ ਦਫ਼ਤਰ ਦੇ ਬਾਹਰ ਕੀਤਾ ਰੋਸ ਮੁਜ਼ਾਹਰਾ। ਤੇ ਹੁਣ ਖਬਰਾਂ ਵਿਸਤਾਰ ਨਾਲ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਕਾਂਗਰਸ ਸਰਕਾਰ ਦੇ 6 ਮਹੀਨੇ ਪੂਰੇ ਹੋ ਜਾਣ ਤੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਕਾਂਗਰਸ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ 6 ਮਹੀਨਿਆਂ ਦੇ ਕਾਰਜਕਾਲ ਵਿੱਚ ਪੂਰੀ ਤਰ੍ਹਾਂ ਅਸਫਲ ਹੋਈ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਜਨ ਸੰਬੰਧੀ ਸਕੀਮ ਬੰਦ ਕਰਨ ਦੇ ਮਸਲੇ ਤੇ ਵੀ ਕਾਂਗਰਸ ਸਰਕਾਰ ਨੂੰ ਕਰੜੇ ਹੱਥੀ ਲਿਆ। ਹਾਕਮ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਸੁਖਬੀਰ ਸਿੰਘ ਬਾਦਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨਾਲ ਵਾਅਦਾ ਕੀਤਾ ਗਿਆ ਸੀ ਕਿ ਆਤਮਹੱਤਿਆ ਕਰਨ ਵਾਲੇ ਕਿਸਾਨਾਂ ਦੇ ਬੱਚਿਆਂ ਨੂੰ ਨੌਕਰੀ ਅਤੇ 10 ਲੱਖ ਰੁਪਏ ਦਿੱਤੇ ਜਾਣਗੇ, ਪਰ ਅਜੇ ਤੱਕ ਸਰਕਾਰ ਆਪਣੇ ਕੋਈ ਵੀ ਵਾਅਦੇ ਪੂਰੇ ਨਹੀਂ ਕਰ ਸਕੀ ਹੈ। ਜਿਹੜੇ ਕਿਸਾਨ ਜਿਹੜੇ ਖੁਦਕੁਸ਼ੀ ਕਰਨਗੇ, ਕੈਪਟਨ ਅਮਰਿੰਦਰ ਕਿਹਾ ਕਿ ਮੈਂ ਉਸ ਉਹਨਾਂ ਦੇ ਬੱਚਿਆਂ ਨੂੰ ਇੱਕ ਨੌਕਰੀ ਅਤੇ 10 ਲੱਖ ਰੁਪਇਆ। 10 ਲੱਖ ਕੀ ਦੇਣਾ ਸੀ, 1 ਲੱਖ ਵੀ ਨਹੀਂ ਗਿਆ ਉਹਨਾਂ ਕੋਲ, ਨੌਕਰੀ ਕਿਸੇ ਨੂੰ ਮਿਲੀ। 6 ਮਹੀਨਿਆਂ ਦੇ ਅੰਦਰ 200 ਦੇ ਨੇੜੇ ਹੈ ਜਿਨ੍ਹਾਂ ਨੇ ਆਪਣੀ ਸੁਸਾਈਡ ਕਰ ਦਿੱਤਾ, ਐਂਡ ਗਵਰਨਮੈਂਟ ਇਜ਼ ਨੋਟ ਇਨ ਬੋਦਰਡ। ਮੈਨੂੰ ਲੱਗਦਾ ਕੋਈ ਮਿਨਿਸਟਰ ਇਹਨਾਂ ਦਾ MLA ਵੀ ਨਹੀਂ ਗਿਆ ਉਹਨਾਂ ਦੇ ਘਰੇ ਪੁੱਛਣ ਵਾਸਤੇ। ਸੁਖਬੀਰ ਬਾਦਲ ਦਾ ਇਹ ਵੀ ਕਹਿਣਾ ਕਿ ਕੈਪਟਨ ਸਰਕਾਰ ਨੇ ਚੋਣਾਂ ਦੇ ਸਮੇਂ ਪੰਜਾਬ ਦੀ ਜਨਤਾ ਨਾਲ ਕਰਜ਼ ਜ਼ਬਤੀ ਖਤਮ ਕਰਨ ਲਈ ਇੱਕ ਫੋਰਮ ਭਰਿਆ ਸੀ, ਪਰ ਅਜੇ ਤੱਕ ਕੋਈ ਉਚਿਤ ਕਦਮ ਨਹੀਂ ਚੁੱਕਿਆ ਗਿਆ। ਕੈਪਟਨ ਅਮਰਿੰਦਰ ਸਿੰਘ ਕਮਿਟਮੈਂਟ ਵੈਨ ਵੀ ਫਾਰਮ ਦਾ ਗਵਰਨਮੈਂਟ, ਆਲ ਫਾਰਮ ਲੋਨਸ ਮੀਨਸ ਇੰਕਲੂਡਿੰਗ ਫਾਰਮ ਲੇਬਰ ਦੇ, ਆੜਤੀਆਂ ਦੇ, ਆਪਣੇ ਜਿਹੜਾ ਬੈਂਕ ਪ੍ਰਾਈਵੇਟ ਬੈਂਕ ਦੇ, ਕੋਆਪਰੇਟਿਵ ਬੈਂਕ ਦੇ, ਵਿੱਚ ਅਪਰੋਕਸੀਮੇਟਲੀ 90,000 ਕਰੋੜਸ 90,000 ਦੇ ਗੱਲ ਹੀ ਛੱਡਤੀ ਉਹਨਾਂ ਨੇ। ਹੁਣ ਕਹਿ ਰਹੇ ਹੈ ਕਿ ਜੀ ਇਹ ਸੈਂਟਰ ਮਗਰ ਹੈ, UP ਨੇ ਸੈਂਟਰ ਸਰਕਾਰ ਤੋਂ ਲਿੱਤੇ ਹੈ, ਮੱਧ ਮਹਾਰਾਸ਼ਟਰ ਨੇ ਸੈਂਟਰ ਸਰਕਾਰ ਤੋਂ ਮਦਦ ਲਿੱਤੀ ਹੈ। ਜੇ ਤੁਸੀਂ ਨਹੀਂ ਕਰਦੇ ਸੀ ਰਿਫਰੋ ਕਮਿਟ ਕਿਉਂ ਕੀਤਾ, ਝੂਠ ਕਿਉਂ ਬੋਲਿਆ। ਉਹਨਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਸਕਿੱਲ ਡਿਵੈਲਪਮੈਂਟ ਕੇਂਦਰ ਅਤੇ ਸੇਵਾ ਕੇਂਦਰ ਬਣਾਏ ਗਏ ਸੀ, ਜੋ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੰਦ ਕਰ ਦਿੱਤੇ ਹਨ ਅਤੇ ਉਹਨਾਂ ਦੀ ਜਗ੍ਹਾ ਹੋਰ ਸਕਿੱਲ ਡਿਵੈਲਪਮੈਂਟ ਕੇਂਦਰ ਖੋਲੇ ਜਾ ਰਹੇ ਹਨ। ਸਾਰੀਆਂ ਵੈਲਫੇਅਰ ਸਕੀਮਸ ਬੰਦ ਕਰਤੀਆਂ, ਸਾਰੀਆਂ ਸਕੀਮਸ। ਆਟਾ ਦਾਲ ਸਕੀਮ 'ਚ ਇਕੱਲਾ ਆਟਾ ਦੇ ਰਹੀ ਹੈ ਕਿਉਂਕਿ ਉਹ ਮੁਫ਼ਤ ਪੰਜਾਬ ਸੈਂਟਰ ਸਰਕਾਰ ਦੇ ਰਹੀ ਹੈ, ਨਾ ਘਿਓ, ਨਾ ਟੀ, ਨਾ ਦਾਲ, ਜਿਹੜਾ ਉਹਨਾਂ ਕਿਹਾ ਸੀ। ਮਾਈ ਭਾਗੋ ਸਾਈਕਲ ਸਕੀਮ ਬੰਦ ਕਰਤੀ, ਮੁੱਖ ਮੰਤਰੀ ਤੀਰਥ ਯਾਤਰਾ ਬੰਦ ਕਰਤੀ, ਜਿਹੜਾ ਅਸੀਂ ਨੀਲਾ ਕਾਰਡ ਬਣਾਇਆ ਸੀ, ਜਿਹੜਾ ਬਲੂ ਕਾਰਡ, ਜਿਹੜਾ ਅਸੀਂ ਮੈਡੀਕਲ ਇੰਸ਼ੋਰੈਂਸ ਕੀਤੀ ਸੀ ਫਾਰਮਰ ਦੀ, ਗਰੀਬ ਦੀ, ਵਪਾਰੀ ਦੀ, ਬੰਦ ਕਰ ਦਿੱਤੀ। BC ਵਿੰਗ ਨੂੰ 200 ਯੂਨਿਟ ਅਸੀਂ ਫੈਸਲਾ ਕੀਤਾ ਦੇ ਰਹੇ ਸੀ, ਉਹ ਬੰਦ ਕਰ ਦਿੱਤਾ। ਗਵਰਨਮੈਂਟ ਇੰਪਲੋਈਜ਼ ਇੰਸ਼ੋਰੈਂਸ ਸਕੀਮ ਬੰਦ ਕਰ ਦਿੱਤੀ। SC BC ਦੀ 1 ਰੁਪਿਆ ਰਿਲੀਜ਼ ਨਹੀਂ ਕੀਤਾ, ਸਕਾਲਰਸ਼ਿਪ ਸਾਰੀ ਬੰਦ ਹੈ। ਇਸ ਪੂਰੀ ਰਿਪੋਰਟ ਤੋਂ ਬਾਅਦ ਇਹ ਸਾਫ਼ ਕਿਹਾ ਜਾ ਸਕਦਾ ਹੈ ਕਿ ਸੁਖਬੀਰ ਬਾਦਲ ਕੈਪਟਨ ਸਰਕਾਰ ਤੇ ਨਿਸ਼ਾਨਾ ਸਾਧਣ ਤੋਂ ਨਹੀਂ ਰੁਕ ਰਹੇ, ਕਿਉਂਕਿ ਉਹਨਾਂ ਦਾ ਦਾਅਵਾ ਹੈ ਕਿ ਸਰਕਾਰ ਆਪਣੇ 6 ਮਹੀਨੇ ਦੇ ਕਾਰਜਕਾਲ ਦੌਰਾਨ ਉਚਿਤ ਅਤੇ ਖਾਸ ਕਦਮ ਚੁੱਕਣ ਵਜੋਂ ਪੂਰੀ ਤਰ੍ਹਾਂ ਅਸਫਲ ਰਹੀ ਹੈ। ਚੰਡੀਗੜ੍ਹ ਤੋਂ ਪ੍ਰਕਾਸ਼ ਚੌਧਰੀ ਦੇ ਨਾਲ MH1 ਨਿਊਜ਼ ਪੰਜਾਬ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੰਡਨ ਦੇ ਦੌਰੇ ਤੇ ਹਨ ਜਿੱਥੇ ਉਹਨਾਂ ਨੇ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਉਹਨਾਂ ਨੇ ਭਰੋਸਾ ਦਵਾਇਆ ਕਿ ਕਿਸੇ ਵੀ ਨਵੇਂ ਪ੍ਰੋਜੈਕਟ ਲਈ ਲੋੜੀਂਦੀਆਂ ਪ੍ਰਵਾਨਗੀਆਂ ਇੱਕ ਹਫ਼ਤੇ ਦੇ ਅੰਦਰ ਦੇ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਉਹਨਾਂ SYL ਦੇ ਮੁੱਦੇ ਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਸ਼ਾਮ ਨੂੰ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਭਰੋਸਾ ਦਵਾਇਆ ਕਿ ਨਿਵੇਸ਼ ਲਈ ਹਫ਼ਤੇ ਵਿੱਚ ਲੋੜੀਂਦੀਆਂ ਪ੍ਰਵਾਨਗੀਆਂ ਦੇਣ ਦੇ ਨਾਲ ਨਾਲ ਦਿੱਕਤ ਰਹਿਤ ਵਪਾਰਕ ਮਾਹੌਲ ਯਕੀਨੀ ਬਣਾਉਣ ਲਈ ਉਹਨਾਂ ਦੀ ਸਰਕਾਰ ਸਹਿਯੋਗ ਦੇਵੇਗੀ। ਲੰਡਨ ਵਿੱਚ ਮੇਫੇਅਰ ਹੋਟਲ ਵਿੱਚ ਇਸ਼ਤਿਹਾਰਬਾਜ਼ੀ ਖੇਤਰ ਦੀ ਪ੍ਰਸਿੱਧ ਹਸਤੀ ਸੁਹੇਲ ਸੇਠ ਅਤੇ ਕੈਪਟਨ ਦੀ ਜੀਵਨੀ ਲਿਖਣ ਵਾਲੇ ਖੁਸ਼ਵੰਤ ਸਿੰਘ ਨਾਲ ਵਿਚਾਰ ਚਰਚਾ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਸਤਲੁਜ ਜਮੁਨਾ ਲਿੰਕ ਨਹਿਰ ਸਮੇਤ ਕਈ ਵਿਸ਼ਿਆਂ ਤੇ ਵਿਚਾਰ ਜ਼ਾਹਿਰ ਕੀਤੇ। ਸਤਲੁਜ ਜਮੁਨਾ ਲਿੰਕ ਨਹਿਰ ਦੇ ਮੁੱਦੇ ਤੇ ਮੁੱਖ ਮੰਤਰੀ ਨੇ ਆਖਿਆ ਕਿ ਉਹਨਾਂ ਦੀ ਸਰਕਾਰ ਸੁਪਰੀਮ ਕੋਰਟ ਦੇ ਆਖਰੀ ਫੈਸਲੇ ਦਾ ਇੰਤਜ਼ਾਰ ਕਰ ਰਹੀ ਹੈ। ਉਹਨਾਂ ਨੇ ਹੋਰਨਾਂ ਸੂਬਿਆਂ ਨੂੰ ਦਿੱਤੇ ਜਾਣ ਵਾਲੇ ਪਾਣੀ ਦੀ ਮਿਕਦਾਰ ਦਾ ਫੈਸਲਾ ਕਰਨ ਤੋਂ ਪਹਿਲਾਂ ਪੰਜਾਬ ਦੇ ਪਾਣੀਆਂ ਦੀ ਉਪਲਬਧਤਾ ਦਾ ਪਤਾ ਲਾਉਣ ਦੀ ਲੋੜ ਦੁਹਰਾਈ ਹੈ। ਮੁੱਖ ਮੰਤਰੀ ਨੇ ਆਖਿਆ ਕਿ ਜਦੋਂ ਪੰਜਾਬ ਕੋਲ ਹੀ ਪੂਰਾ ਪਾਣੀ ਨਹੀਂ ਹੈ ਤਾਂ ਉਹ ਕਿਸੇ ਦੂਜੇ ਸੂਬੇ ਨੂੰ ਪਾਣੀ ਨਹੀਂ ਦੇ ਸਕਦਾ। ਆਪਣੀ ਅਧਿਕਾਰਤ ਜੀਵਨੀ ਦੀ ਪੀਪਲਸ ਮਹਾਰਾਜਾ ਨੂੰ ਲੰਡਨ ਵਿੱਚ ਲਾਂਚ ਕਰਨ ਮਗਰੋਂ ਸਵਾਲ ਜਵਾਬ ਦੇ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਸਵਾਲਾਂ ਦੇ ਜਵਾਬ ਦਿੱਤੇ। ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਪਿਛਲੇ 6 ਮਹੀਨੇ ਦੀਆਂ ਪ੍ਰਾਪਤੀਆਂ ਗਿਣਵਾਈਆਂ। ਉਹਨਾਂ ਆਖਿਆ ਕਿ ਭਾਰਤ ਦੇ ਹੋਰਨਾਂ ਮੁਲਕਾਂ ਦੇ ਕਾਰੋਬਾਰੀਆਂ ਨੇ ਸੂਬੇ ਵਿੱਚ ਨਿਵੇਸ਼ ਕਰਨ ਲਈ ਦਿਲਚਸਪੀ ਦਿਖਾਈ ਹੈ। ਇਸ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਾਸਤੇ ਉਹਨਾਂ ਦੀ ਸਰਕਾਰ ਯਤਨ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਹੁਣ ਪੰਜਾਬ ਦੀ ਆਬੋ ਹਵਾ ਉਸਾਰੂ ਦਿਸ਼ਾ ਵੱਲ ਵਗਣ ਲੱਗ ਪਈ ਹੈ। ਸੂਬੇ ਵਿੱਚ ਫੈਲੀ ਬੇਰੋਜ਼ਗਾਰੀ ਤੇ ਚਿੰਤਾ ਜ਼ਾਹਿਰ ਕਰਦਿਆਂ ਉਹਨਾਂ ਆਖਿਆ ਕਿ ਭਾਵੇਂ ਉਹਨਾਂ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਮਗਰੋਂ ਇਸ ਪਾਸੇ ਕਈ ਉਪਰਾਲੇ ਕੀਤੇ ਹਨ, ਪਰ ਅਜੇ ਹੋਰ ਕੰਮ ਕਰਨੇ ਬਾਕੀ ਹਨ ਤਾਂ ਕਿ ਨੌਜਵਾਨਾਂ ਨੂੰ ਨੌਕਰੀਆਂ ਮਿਲ ਸਕਣ ਅਤੇ ਸੂਬਾ ਮੁੜ ਵਿਕਾਸ ਦੀ ਲੀਹ ਤੇ ਪੈ ਸਕੇ। ਲੇਕਿਨ ਵੇਖਣਾ ਇਹ ਹੋਵੇਗਾ ਕਿ ਕੈਪਟਨ 6 ਮਹੀਨੇ ਦੇ ਆਪਣੇ ਕਾਰਜਕਾਲ ਨੂੰ ਬਿਹਤਰ ਦੱਸ ਰਹੇ ਹਨ, ਲੇਕਿਨ ਜ਼ਮੀਨੀ ਪੱਧਰ ਤੇ ਪੰਜਾਬ ਵਿੱਚ ਕੀ ਕੁਝ ਮਾਹੌਲ ਬਣਿਆ ਹੋਇਆ ਉਹ ਵੀ ਅਸੀਂ ਤੁਹਾਨੂੰ ਅਗਲੀ ਰਿਪੋਰਟ ਵਿੱਚ ਜ਼ਰੂਰ ਦੱਸਾਂਗੇ। ਇੱਕ ਪਾਸੇ ਜਿੱਥੇ ਕੈਪਟਨ ਆਪਣੇ 6 ਮਹੀਨੇ ਦੇ ਕਾਰਜਕਾਲ ਨੂੰ ਬਿਹਤਰ ਦੱਸ ਰਹੇ ਹਨ, ਲੇਕਿਨ ਸਿਆਸੀ ਆਗੂਆਂ ਵੱਲੋਂ ਕੀ ਕੁਝ ਕਿਹਾ ਜਾ ਰਿਹਾ, ਵਿਰੋਧੀ ਧਿਰਾਂ ਵੱਲੋਂ ਕੀ ਕੁਝ ਆਖਿਆ ਜਾ ਰਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਸੋ ਲਗਾਤਾਰ ਕੈਪਟਨ ਦੇ 6 ਮਹੀਨੇ ਦੇ ਕਾਰਜਕਾਲ ਤੋਂ ਬਾਅਦ ਲਗਾਤਾਰ ਵਿਰੋਧੀ ਧਿਰਾਂ ਵੱਲੋਂ ਸਿਆਸੀ ਤੀਰ ਛੱਡੇ ਜਾ ਰਹੇ ਹਨ, ਲੇਕਿਨ ਵੇਖਣਾ ਇਹ ਹੋਵੇਗਾ ਕਿ ਹੁਣ ਕੈਪਟਨ ਸਰਕਾਰ ਅੱਗੇ ਆਪਣੇ ਕਾਰਜਕਾਲ ਵਿੱਚ ਕੀ ਕੁਝ ਸੌਗਾਤ ਪੰਜਾਬ ਦੇ ਲੋਕਾਂ ਲਈ ਲੈ ਕੇ ਆਉਂਦੀ ਹੈ। ਬਿਊਰੋ ਰਿਪੋਰਟ MH1 ਨਿਊਜ਼। ਪੰਜਾਬ ਕੈਬਨਿਟ ਦੀ ਸਬ ਕਮੇਟੀ ਦੀ ਚੰਡੀਗੜ੍ਹ ਵਿੱਚ ਅਹਿਮ ਬੈਠਕ ਹੋਈ। ਇਸ ਬੈਠਕ ਵਿੱਚ ਸੂਬੇ ਨਾਲ ਜੁੜੇ ਕਈ ਅਹਿਮ ਮਸਲਿਆਂ ਤੇ ਵਿਚਾਰ ਹੋਇਆ, ਖਾਸ ਤੌਰ ਤੇ ਕਿਸਾਨਾਂ ਦੀ ਕਰਜ਼ ਮੁਆਫੀ ਦੇ ਮਸਲੇ ਤੇ ਵਿਚਾਰ ਹੋਇਆ। ਬੈਠਕ ਤੋਂ ਬਾਅਦ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੀਡੀਆ ਨੂੰ ਦੱਸਿਆ ਕਿ ਆੜ੍ਹਤੀਆਂ ਤੋਂ ਕਰਜ਼ ਲੈਣ ਵਾਲੇ ਕਿਸਾਨਾਂ ਦੇ ਮਸਲੇ ਤੇ ਸਬ ਕਮੇਟੀ ਦੀ ਇਹ ਤੀਜੀ ਬੈਠਕ ਸੀ। ਸਬ ਕਮੇਟੀ ਦੀ ਬੈਠਕ ਸੀ ਔਰ ਇਹ ਤੀਸਰੀ ਮੀਟਿੰਗ ਸੀ ਕੈਬਨਿਟ ਸਬ ਕਮੇਟੀ ਦੀ, ਜਿਹਦੇ ਵਿੱਚ ਕਿ ਕਿਸਾਨਾਂ ਦੇ ਜਿਹੜੇ ਆੜ੍ਹਤੀਆਂ ਦੇ ਕਰਜ਼ੇ ਹੈ ਉਹਨਾਂ ਦੇ ਮੁਤਲਕ ਸਰਕਾਰ ਦਾ ਕੀ ਰੱਦੇ ਅਮਲ ਹੋਣਾ ਚਾਹੀਦਾ, ਉਹਨਾਂ ਨੂੰ ਕਿਸ ਕਿਸਮ ਦੀ ਰਾਹਤ ਦਿੱਤੀ ਜਾ ਸਕਦੀ ਹੈ ਔਰ ਨਤੀਜੇ ਜਿਹੜੇ ਹੈ ਉਸ ਕੈਬਨਿਟ ਸਬ ਕਮੇਟੀ ਜਿਹੜੀ ਹੈ ਆਪਣੇ ਉਹ ਕੈਬਨਿਟ ਨੂੰ ਪੇਸ਼ ਕਰੇਗੀ ਤਾਂ ਕਿ ਜੋ ਵੀ ਫੈਸਲੇ ਜਾਂ ਜਿਨ੍ਹਾਂ ਸਿੱਟਿਆਂ 'ਤੇ ਅਸੀਂ ਪਹੁੰਚੇ ਹਾਂ ਉਹ ਇੱਕ ਕਿਸੇ ਐਕਟ ਦੇ ਸ਼ਕਲ 'ਚ ਤਬਦੀਲ ਹੋ ਕੇ ਅਤੇ ਵਿਧਾਨ ਸਭਾ 'ਚ ਇਹ ਐਕਟ ਬਣਾਇਆ ਜਾਵੇ। ਅੱਜ ਦੀ ਮੀਟਿੰਗ ਦੇ ਵਿੱਚ ਵੀ ਅਸੀਂ ਇੱਕ ਫਾਈਨਲ ਉਸ ਦੇ ਉੱਤੇ ਆ ਚੁੱਕੇ ਹਾਂ, ਪਰ ਕਿਉਂਕਿ ਹੁਣ ਕੋਡ ਆਫ ਕੰਡਕਟ ਲੱਗਦਾ ਮੈਨੂੰ ਲੱਗਦਾ ਅਸੀਂ ਅਨਾਊਂਸ ਕਰ ਪਾਵਾਂਗੇ ਜਾਂ ਨਹੀਂ। ਸਾਡੀ ਅਗਲੀ ਮੀਟਿੰਗ ਉਹਦੀ ਫਾਈਨਲ ਮੀਟਿੰਗ ਅਗਲੇ ਮਹੀਨੇ ਦੇ ਐਂਡ 'ਚ ਜਦੋਂ ਇਲੈਕਸ਼ਨ ਖਤਮ ਹੋ ਜੂਗਾ ਉਦੋਂ ਹੋਣੀ ਹੈ ਔਰ ਫਿਰ ਸਾਡੀਆਂ ਅਨਾਊਂਸਮੈਂਟਾਂ ਚੀਫ ਮਿਨਿਸਟਰ ਸਾਹਿਬ ਨੇ ਕਰਨੀਆਂ। ਅੱਜ ਦੀ ਮੀਟਿੰਗ ਦੇ ਵਿੱਚ ਚਰਚਾ ਉਹਨਾਂ ਦੀਆਂ ਸਮੱਸਿਆਵਾਂ ਰਹੀਆਂ ਜਿਹੜੀਆਂ ਕਿ ਜੈਨੂਇਨ ਨੇ, ਇੱਕ ਗੱਲ ਨੂੰ ਸਮਝ ਲਓ। ਉਹਨਾਂ ਨੇ ਇਹ ਕਿਹਾ ਕਿ ਭਾਈ ਸਾਡੀ ਜਿਹੜੀ ਮੁਸੀਬਤ ਹੈ ਉਹਦਾ ਕਾਰਨ ਇਹ ਹੈ ਕਿ ਸਾਡੇ ਜਿਹੜੇ ਵਿਆਜ ਜਿਹੜਾ ਹੈਗਾ ਉਹ ਕੰਪਾਊਂਡਿੰਗ ਉਹਦੀ ਕੀਤੀ ਜਾਂਦੀ ਹੈ, ਸਭ ਤੋਂ ਪਹਿਲਾਂ ਹੀ ਅੰਗੂਠੇ ਲਵਾ ਕੇ ਰੱਖ ਲਿੱਤੇ ਜਾਂਦੇ ਆ ਅਤੇ ਕਰਜ਼ਾ 1 ਲੱਖ ਹੁੰਦਾ ਅਤੇ ਮੋੜਨਾ ਹੁੰਦਾ 15 ਲੱਖ, ਉਹਦੀ 'ਤੇ ਦੇ ਕੰਪਾਊਂਡਿੰਗ ਦੇ ਸੂਦ ਦੇ ਵਿਆਜ ਦੇ ਸੂਦ ਦੇ ਵਿਆਜ। ਅਸੀਂ ਉਸ ਸਮੱਸਿਆ ਦੀ ਜੜ ਤੱਕ ਪਹੁੰਚ ਕੇ ਉਹਨੂੰ ਖਤਮ ਕਰਨ ਦਾ ਇੱਕ ਸਟਰਕਚਰ ਇੱਕ ਸਿਸਟਮ ਲਿਆਉਣਾ ਚਾਹੁੰਦੇ ਹੋ ਵੀਰੋ, ਔਰ ਉਹ ਸਟਰਕਚਰ ਆ ਕੇ ਰਹੇਗਾ। ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੀਡੀਆ ਨੂੰ ਦੱਸਿਆ ਕਿ ਵਿਦਿਆਰਥੀਆਂ ਨੂੰ ਇਮੀਗ੍ਰੇਸ਼ਨ ਫਰਾਡ ਤੋਂ ਬਚਾਉਣ ਲਈ ਅਤੇ ਵਿਦੇਸ਼ਾਂ ਵਿੱਚ ਨੌਕਰੀ ਲੱਭਣ 'ਚ ਮਦਦ ਕਰਨ ਲਈ ਇੱਕ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ। ਜਿਹੜੇ ਨੌਜਵਾਨ ਬਾਹਰ ਜਾਣਾ ਚਾਹੁੰਦੇ ਹੈ, ਚਾਹੇ ਪੜ੍ਹਨ ਵਾਸਤੇ ਜਾਂਦੇ ਹੈ ਜਾਂ ਨੌਕਰੀ ਕਰਨ ਵਾਸਤੇ ਜਾਂਦੇ ਹੈ, ਉਹਨਾਂ ਦੀ ਪੰਜਾਬ ਦੇ ਵਿੱਚ ਵੱਡੀ ਭਾਰੀ ਲੁੱਟ ਹੁੰਦੀ ਹੈ।
उस चीज़ नूं कटेल करन वास्ते पंजाब सरकार नवीं स्कीम लिआउण जा रही है। ये साड़ी मेरी जिहड़ी मिनिस्ट्री टेक्निकल एजुकेशन उहदे स्किल डिवेलपमेंट का जिहड़ा काम है उहदे राहीं असीं कर रहे हैं, तो आने वाले दिनों दे विच बड़ी छेती ये जिहड़ी गल है ये सिरे लग जाएगी। पंजाब दे विच कैपिटल सरकार ने आके जिहड़ा पंजाब की माड़ी फाइनैंशियल पोजिशन सीगी उस नूं संभालिया, तो असीं वड्डे जिहड़े फैसले लए है जिवें पंजाब दे विच VIP कल्चर खत्म किया गया है, तो असी हुण कर रहे हैं कि जी किसानों का कर्जा माफ करन दी गल चल रही है, तो बड़ी छेती इहदे ते फैसला आ जाएगा। फैसला सरकार लै चुकी है, उन्हों इंप्लीमेंट करन दी लोड़ है। इस तो बिना मैं जिहड़ी टेक्निकल एजुकेशन है उहदे विच असी बड़े रिफॉर्म्स लैके आए हैं, तो घर घर नौकरी प्रोग्राम बड़ा जबरदस्त तरीके दे नाल चलिया, 27,000 नौकरियां असी एक प्रो 11 दिनों के दतिया, तो यह इस तरह ही साल के चले जाएगा। ये तो हूँ पिंडा के जाके पता लगता सी कि किन्ने ज़्यादा लोग नशा कर रहे हैं। नशा बहुत बुरी तरह पंजाब दे फैल चुकिया सी, ते अज स्थिति यह है कि पंजाब सरकार दे आके कैप्टन अमरिंदर सिंह ने स्पैशल टास्क फोर्स बना के नशे नूं वड्डे पद्धर ते काबू किया, और इस दे विच सानूं बड़ी भारी सफलता मिली है। श्रोमणी गुरुद्वारा प्रबंधक कमेटी के प्रधान कृपाल सिंह बडूंगर ने कांग्रेस के उस बयान की निखेधी की है जिस विच कांग्रेस ने पंजाब नूं नशियां दा घर दस्या सी। कृपाल सिंह बडूंगर ने कहा कि PGI वालों किए गए सर्वेखण विच यह साफ हो गया है कि पंजाब विच सिर्फ 3% लोग ही नशा करते हैं, जबकि कांग्रेस ने इस आंकड़े नूं 60% दस्या सी। मेडिकल साइंस दी संस्था PGI उन्होंने वालों पंजाब का जो सर्वे किया गया वो नतीजे पब्लिक किए गए हैं, जिदे जो कांग्रेस वालों बड़े लंबे समय तो पंजाब और खास करके सिखा बदनाम करने वास्ते ऐसी रट लाई जा रही थी कि पंजाब के लोग 70% नशेई हो गए, और खास करके कांग्रेस के बीत प्रधान राहुल गांधी उन्होंने इलेक्शन तो पहला इतने आके बड़ा बदनाम करने का यतन किया, और अज वो सच जरा है वो जो डॉक्टर साहबान जो सारे सांझे ने जो बड़े निरपक्ष ने उन्होंने जो सर्वे उन्होंने कराया पंजाब का, उन्हें साबित करता कि पंजाब बाकी हिंदुस्तान नालों सब तो घट नाम मात्र जरा नशा है, और कांग्रेस का जरा कूड़ प्रचार से उन्होंने जुटलाया। गुरदासपुर जिमनी चोण नूं लैके सियासी गलियारियां विच हलचल तेज हो गई है। चोण दी तरीक दा ऐलान होण तों बाद गुरदासपुर प्रशासन ने भी अपनियां तैयारियां तेज कर दित्तियां हन। गुरदासपुर दे डिप्टी कमिश्नर गुरलवलीन सिंह ने जिले दे सीनियर अफसरां दे नाल बैठक करके चोण तैयारियां दी समीक्षा कीती। जिक्रयोग है कि जिमनी चोण लई वोटिंग 11 अक्तूबर नूं होवेगी अते 15 अक्तूबर नूं नतीजे आउणगे। ਪੰਜਾਬ ਦੇ ਗੁਰਦਾਸਪੁਰ ਸੰਸਦੀ ਹਲਕੇ ਦੀ ਜਿਮਨੀ ਚੋਣ ਲਈ ਵੋਟਾਂ 11 ਅਕਤੂਬਰ ਨੂੰ ਪੈਣਗੀਆਂ। ਫਿਲਮ ਅਦਾਕਾਰ ਵਿਨੋਦ ਖੰਨਾ ਦੀ ਮੌਤ ਕਾਰਨ ਇਸ ਹਲਕੇ ਦੀ ਚੋਣ ਕਰਵਾਈ ਜਾ ਰਹੀ ਹੈ। ਚੋਣ ਕਮਿਸ਼ਨ ਨੇ ਬੀਤੇ ਦਿਨ ਇਸ ਹਲਕੇ ਲਈ ਵੋਟਾਂ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ ਭਾਵੇਂ ਉਮੀਦਵਾਰਾਂ ਦੇ ਨਾਮ ਅਜੇ ਤੈਅ ਨਹੀਂ ਕੀਤੇ, ਪਰ ਨਾਮਜ਼ਦਗੀ ਦਾਖਲ ਕਰਨ ਦਾ ਅਮਲ 15 ਸਤੰਬਰ ਤੋਂ ਆਰੰਭ ਹੋ ਜਾਵੇਗਾ। 22 ਸਤੰਬਰ ਤੱਕ ਕਾਗਜ਼ ਦਾਖਲ ਕੀਤੇ ਜਾ ਸਕਣਗੇ ਅਤੇ ਨਤੀਜਾ 15 ਅਕਤੂਬਰ ਨੂੰ ਐਲਾਨਿਆ ਜਾਵੇਗਾ। ਚੋਣ ਦਾ ਐਲਾਨ ਹੁੰਦਿਆਂ ਹੀ ਗੁਰਦਾਸਪੁਰ ਜ਼ਿਲ੍ਹੇ 'ਚ ਚੋਣ ਜਾਬਤਾ ਲੱਗ ਚੁੱਕਿਆ। ਇਸ ਸੰਸਦੀ ਹਲਕੇ ਤੋਂ ਕਾਂਗਰਸ, ਭਾਜਪਾ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਰਮਿਆਨ ਤਿਕੋਣੀ ਟੱਕਰ ਹੋਣ ਦੇ ਆਸਾਰ ਹਨ। ਭਾਜਪਾ ਵੱਲੋਂ ਮਰਹੂਮ ਵਿਨੋਦ ਖੰਨਾ ਦੀ ਪਤਨੀ ਸ਼੍ਰੀਮਤੀ ਕਵਿਤਾ ਖੰਨਾ, ਸੀਨੀਅਰ ਆਗੂ ਅਵਿਨਾਸ਼ ਖੰਨਾ, ਸਾਬਕਾ ਵਿਧਾਇਕ ਅਸ਼ਵਨੀ ਸ਼ਰਮਾ ਅਤੇ ਸਰਵਨ ਸਲਾਰੀਆ ਦਾਅਵੇਦਾਰਾਂ ਵਿੱਚ ਸ਼ਾਮਿਲ ਹਨ। ਕਾਂਗਰਸ ਦੇ ਸਥਾਨਕ ਆਗੂਆਂ ਅਤੇ ਵਿਧਾਇਕਾਂ ਵੱਲੋਂ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੂੰ ਟਿਕਟ ਦੇਣ ਤੇ ਜ਼ੋਰ ਪਾਇਆ ਜਾ ਰਿਹਾ ਹੈ। ਗੁਰਦਾਸਪੁਰ ਪਾਰਲੀਮੈਂਟਰੀ ਹਲਕੇ ਦੀ ਜਿਹੜੀ 2022 ਇਲੈਕਸ਼ਨ ਹੈ ਉਹਨੂੰ ਅਨਾਊਂਸ ਕਰ ਦਿੱਤਾ ਗਿਆ, ਔਰ ਜਦੋਂ ਕਮਿਸ਼ਨ ਵੱਲੋਂ ਇਲੈਕਸ਼ਨ ਅਨਾਊਂਸ ਹੋ ਜਾਂਦੀ ਹੈ ਉਸੇ ਮੂਮੈਂਟ ਤੋਂ ਉਸੇ ਪਲ ਤੋਂ ਜਿਹੜਾ ਹੈ ਮਾਡਲ ਕੋਡ ਆਫ ਕੰਡਕਟ ਜਿਹੜਾ ਹੈ ਉਹ ਲਾਗੂ ਹੋ ਜਾਂਦਾ, ਔਰ ਅਸੀਂ ਕਿਉਂਕਿ ਇਸ 2022 ਇਲੈਕਸ਼ਨ ਜਿਹੜੀ ਹੋ ਰਹੀ ਹੈ ਪਾਰਲੀਮੈਂਟ ਦੀ ਇਹਦੇ 6 ਅਸੈਂਬਲੀ ਸੈਗਮੈਂਟਸ ਗੁਰਦਾਸਪੁਰ ਜ਼ਿਲ੍ਹੇ 'ਚ ਪੈਂਦੇ ਆ ਔਰ 3 ਅਸੈਂਬਲੀ ਸੈਗਮੈਂਟਸ ਜਿਹੜੇ ਹੈ ਉਹ ਪਠਾਨਕੋਟ ਜ਼ਿਲ੍ਹੇ 'ਚ ਪੈਂਦੇ ਆ। ਤੋ ਸਮੁੱਚੇ ਪਾਰਲੀਮੈਂਟਰੀ ਹਲਕੇ ਦੇ ਵਿੱਚ ਅਸੀਂ ਟੀਮਾਂ ਬਣਾ ਦਿੱਤੀਆਂ ਔਰ ਉਹ
इस गल नूं सुनिश्चित करनगियां, इंश्योर करनगियां कि मॉडल ऑफ मॉडल कोड ऑफ कंडक्ट की जिहड़ी पालना है एज पर इलेक्शन कमीशन गाइडलाइनस उहनूं कीता जावे। उधर आम आदमी पार्टी ने अज तक पत्ते नहीं खोले हैं, पर पार्टी ने जिमनी चोन लड़न का ऐलान किया होया। श्रोमणी अकाली दल और भाजपा आगुआ ने भी सरगर्मियां वंडिया हुई। भाजपा वालों संसदी सीट से कब्जा कायम रखने लिए जदोजहद की जा रही है। भाजपा के सूबा प्रधान विजय कुमार सांपला समेत होरना आगुआ ने गुरदासपुर संसदी हलके पेंदे विधानसभा हलकों सरगर्मियां शुरू की हुई, सीनियर भाजपा आगुआ दियां विधानसभा हलकावार ड्यूटियां भी लगाई गई। पर वेखना यह होगा कि तीनों पार्टी की तरफों केड़े केड़े उम्मीदवार ने वो सामने निकल के आउंदे। लोक सभा हलका गुरदासपुर की बाई इलैक्शन लैके चोन कमीशन वालों बीते कल चोन जाबता लगा दिता गया। अज डीसी गुरदासपुर ने जानकारी देंदे दसिया कि 15 लाख तो वध मतदाता अपने मत का इस्तेमाल करेंगे। 11 अक्तूबर नूं वोटां पाईयां जाणगियां, 15 नूं इसकी गिनती की जाएगी। जिला प्रशासन वालों 57 कंपनियां पैरामिलिट्री फोर्स दियां सेंटर गवर्नमेंट को डिमांड की गई है। डीसी गुरदासपुर का कहना है कि यह जो इलैक्शन है इलैक्शन कमीशन दियां हदायतों मुताबक ही कराई जाएगी। MH1 न्यूज़ लई नितिन लुथरा गुरदासपुर। भारत और पाकिस्तान की सरहद से बनी ICP नूं लेके चिंता वधदी जा रही है। खबर यह है कि केंद्र में आईया समय दियां सरकारां ने इस खेत्र में कोई खास कदम नहीं चुके हैं, जिस कारण व्यापारियों दियां मुश्किलां घट होण दा ना ही नहीं लै रही। ICP पोर्ट जिहड़ी है सही मायने च व्यापारियों वास्ते एक अभिशाप दे तौर ते पोर्ट बनी है। जदों बनी सी व्यापारियों नूं सारिआं नूं उम्मीद सी कि वरदान बनेगी, और हर साल के पांच वारी चार वारी स्ट्राइक चलती आ रही लगातार, जिहड़ी कि करोड़ों रुपए का व्यापारियों का नुकसान हो रहा है। और सब तो वड्डी एक साडी छाप दे उत्ते फर्क पै रहा है इंडिया की क्रैडिट दे, जिस तरह असी लोग किसी की कमिटमेंट करने साडी कमिटमेंट खराब हो रही है इंपोर्ट दे विच भी एक्सपोर्ट दे विच भी। और इहदा सारा जो सब तो ज़्यादा इहदा नुकसान हो रहा है वह साडे व्यापारियों का हो रहा है। जिहड़ा करोड़ों रुपए का माल फसिया है, बैकलॉग पिछे पेंडिंग है, लखां रुपए का सीमेंट, अरबां रुपए का सीमेंट, और इसलिए आने वाला सीजन है ड्राई फ्रूट का, क्योंकि नवरात्रे शुरू होने वाले हैं, ड्राई फ्रूट का सीजन आ रहा है, ड्राई डेट का सीजन आ रहा है, काफ़ी कुछ बैकलॉग होया जिहदे करके बहुत नुकसान हो रहा है। कर्नाटक की सरकार वालों सिखा कृपान पहनन से पाबंदी लगाए जाने कारण दिल्ली सिख गुरुद्वारा प्रबंधक कमेटी के जनरल सकत्र मनजिंदर सिंह सिरसा ने तुरंत दखल अंदाजी की मांग की है। इस ही सिरसा ने गृह मंत्री राजनाथ सिंह मंग पत्र सौंपया। की है पूरा मामला, वेखो रिपोर्ट। दिल्ली सिख गुरुद्वारा प्रबंधक कमेटी के जनरल सकत्र मनजिंदर सिंह सिरसा ने कर्नाटक सरकार वालों किरपान पहन ते लगाई पाबंदी खत्म करवाने लई तुरंत दखल अंदाजी की मांग की है। गृह मंत्री नूं लिखे एक पत्र विच मनजिंदर सिंह सिरसा ने कहा है कि कर्नाटका सरकार वालों हथियारों बारे 2016 के नियमों तहत बिना लाइसेंस हथियार रखण, खरीदण अते पहनण ते बेंगलोर शहर विच पाबंदी के हुक्म लागू किए गए हैं। पाबंदी के इन्हां हुक्मां विच किरपान भी शामिल की गई है, जो कि सिखां वालों धार्मिक चिन्ह वजों पहनी जाती है। उन्होंने कहा कि भारत के संविधान की धारा 25 तहत धर्म की आजादी के नियमों तहत सिखां नूं किरपान पहनने की खुल दी गई है। सिखां लई किरपान अते होर धार्मिक चिन्ह धारण करने वास्ते किसी रजिस्ट्रेशन की जरूरत नहीं है। कर्नाटक सरकार वालों लगाई गई पाबंदी भारतीय संविधान की धारा 25 तो 28 तहत दिते धर्म की आजादी के अधिकार के खिलाफ है। उन्होंने कहा कि सिखां दीआं भावनावां नूं ध्यान विच रखदिआं केंद्र सरकार नूं वी इह गंभीर मामला हल करन दी जरूरत है। उन्होंने गृह मंत्री दे इह वी ध्यान विच लैंदा कि पहलां वापरी इस घटना विच बेंगलोर हवाई अड्डे ते सिख मुसाफरां नूं जहाज़ विचों उदों जबरी ला दिता गया सी जदों उन्होंने ने किरपान उतारन तों जवाब दे दिता सी। हुण वेखना इह होवेगा कि कर्नाटक सरकार दिल्ली सिख गुरुद्वारा प्रबंधक कमेटी दे दखल देण तों बाद किन्नी कु सतर्क हुई है। ब्यूरो रिपोर्ट MH1 न्यूज़। ते सन हुण तक दी खबरां, मैनूं दिओ इजाजत, धन्नवाद।